ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI ਮਾਲਵਾ ਜ਼ੋਨ 3 ਦੇ ਨਵਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਅੱਜ ਗੁਰੂ ਦਾ ਆਸ਼ੀਰਵਾਦ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਨੌਜਵਾਨ ਸ਼ਾਮਲ ਹੋਏ, ਉੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੀ। ਇਸ ਮੌਕੇ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਦਿਦਾਰ ਸਿੰਘ ਭੱਟੀ, ਹਲਕਾ ਬਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਜਿੱਥੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ SOI ਦੇ ਨਵਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵਿਸ਼ੇਸ਼ ਸਨਮਾਨ ਕੀਤਾ, ਉੱਥੇ ਸਮੁੱਚੀ SOI ਜਥੇਬੰਦੀ ਤੇ ਸੀਨੀਅਰ ਲੀਡਰਸ਼ਿਪ ਵੱਲੋਂ ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ ਤੇ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰਦਾਰ ਕਰਮਜੀਤ ਸਿੰਘ ਜੀ ਭਗੜਾਣਾ ਸਾਹਿਬ ਜਿਹੜਾ ਮੁਲਾਜ਼ਮ ਵਿੰਗ ਦਾ ਪ੍ਰਧਾਨ ਲਾਇਆ ਗਿਆ ਸੂਬੇ ਦਾ ਪੰਜਾਬ ਦਾ, ਔਰ ਅਮਿਤ ਰਾਠੀ ਜੀ ਨੂੰ ਮੁੱਖ ਬੁਲਾਰਾ SOI। ਸੋ ਇਸ ਤਰ੍ਹਾਂ ਇਹ ਨਿਯੁਕਤੀਆਂ ਹੋਈਆਂ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾ ਦੀ ਸਰਪ੍ਰਸਤੀ ਦੇ ਥੱਲੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਬਕਾ ਮੁੱਖ ਮੰਤਰੀ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੀ ਨਿਗਰਾਨੀ ਦੇ ਥੱਲੇ, ਔਰ ਸਰਦਾਰ ਵਿਕਰਮ ਸਿੰਘ ਜੀ ਕੀ ਆ ਉਹਨਾਂ ਦੀ ਜਿਹੜੀ ਆ ਰਹਿਨੁਮਾਈ ਦੇ ਥੱਲੇ ਬਹੁਤ ਵੱਡਾ ਵਧੀਆ ਫੈਸਲਾ ਕੀਤਾ ਗਿਆ, ਜਿਹੜੇ ਫੈਸਲੇ ਹਰ ਪਾਸੋਂ ਸ਼ਲਾਘਾ ਕੀਤੀ ਜਾ ਰਹੀ ਆ। ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਧੰਨ ਧੰਨ ਜਗਤ ਮਾਤ ਗੁਰੂ ਕੌਰ ਮਹਾਨ ਸ਼ਹੀਦ ਮਾਤ ਗੁਜਰ ਕੌਰ ਹੋਣਾ ਦੇ ਪਵਿੱਤਰ ਅਸਥਾਨ 'ਤੇ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਨੂੰ ਦੇ ਨਾਲ ਆਸ਼ੀਰਵਾਦ ਲੈਣ ਵਾਸਤੇ ਆਏ ਹਾਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਹਨਾਂ ਨੂੰ ਹਰ ਮੈਦਾਨ ਫਤਿਹ ਬਖਸ਼ਣ, ਔਰ ਸਫਲਤਾ ਦੇ ਨਾਲ ਇਹ ਆਪਣੇ ਕਾਰਜ ਠੀਕ ਕਰ ਲੈਣ। ਔਰ ਇਸ ਸਮੇਂ ਜਿੱਥੇ ਮੈਂ ਵਧਾਈ ਦਿੰਦਾ, ਉੱਥੇ ਮੈਂ ਸਾਰੇ ਯੂਥ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤਕੜੇ ਹੋ ਕੇ ਜਿਵੇਂ ਆਪਣੇ ਪਿੱਤਰਾਂ ਨੇ, ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ, ਪੰਜਾਬ ਦੀ ਸੇਵਾ ਕੀਤੀ, ਕੌਮ ਦੀ ਸੇਵਾ ਕੀਤੀ, ਦੇਸ਼ ਦੀ ਸੇਵਾ ਕੀਤੀ, ਔਰ ਆਪਾਂ ਵੀ ਨਿਸ਼ਾਬਰ ਕਰ ਦਿੱਤਾ, ਉਸ ਸਪਿਰਿਟ ਦੇ ਨਾਲ ਇਸ ਪਾਰਟੀ ਨੂੰ, ਇਸ ਔਰਗੇਨਾਈਜੇਸ਼ਨ ਨੂੰ ਅੱਗੇ ਲਿਜਾਇਆ ਜਾਵੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ, ਔਰ ਵੈਸੇ ਵੀ ਸਮਾਜ ਸੇਵਾ ਦੇ ਵਿੱਚ ਜਿਹੜਾ ਲੋੜਵੰਦਾਂ ਦੀ ਲੋੜ ਨੂੰ ਪੂਰਾ ਕਰਨਾ, ਔਰ ਸਿੱਖੀ ਦੇ ਮਹਾਨ ਸਿਧਾਂਤਾਂ ਨੂੰ ਸਮਰਪਿਤ ਹੋ ਕੇ ਇਹ ਜਿਹੜੇ ਦੇਸ਼ ਕੌਮ ਦੀ ਸੇਵਾ, ਸਮਾਜ ਦੀ ਸੇਵਾ ਕਰਨੀ ਚਾਹੀਦੀ ਆ, ਔਰ ਜਿਹਦੇ ਨਾਲ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਸੌਖੀ ਵੀ ਰਹਿੰਦੀ ਆ, ਸਫਲ ਵੀ ਹੁੰਦੀ ਆ। ਅੱਜ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹੁੰਦਾ ਸਰਬਜੀਤ ਸਿੰਘ ਝਿੰਜਰ ਜੀ ਨੂੰ, ਜਿਨ੍ਹਾਂ ਨੂੰ ਮਾਲਵਾ ਜ਼ੋਨ ਦਾ SOI ਦਾ ਪ੍ਰਧਾਨ ਲਾਇਆ ਗਿਆ, ਅਤੇ ਸਰ ਕਰਮਜੀਤ ਸਿੰਘ ਭਗੜਾਣਾ ਜਿਨ੍ਹਾਂ ਨੂੰ ਮੁਲਾਜ਼ਮ ਕਰਮਚਾਰੀ ਦਲ ਅਕਾਲੀ ਦਲ ਦਾ ਪੰਜਾਬ ਦਾ ਪ੍ਰਧਾਨ ਲਾਇਆ ਗਿਆ, ਅਮਿਤ ਰਾਠੀ ਨੂੰ ਜਿਨ੍ਹਾਂ ਨੂੰ ਕਿ ਕੌਮੀ ਮੁੱਖ ਬੁਲਾਰਾ ਲਾਇਆ ਗਿਆ ਯੂਥ ਅਕਾਲੀ ਦਲ ਦਾ, ਸਾਰਿਆਂ ਨੂੰ ਲੱਖ ਲੱਖ ਵਧਾਈ ਅਤੇ ਧੰਨਵਾਦ ਕਰਨਾ ਚਾਹੁੰਦਾ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦਾ, ਸਾਹਿਬ ਵਿਕਰਮ ਸਿੰਘ ਮਜੀਠੀਆ ਜੀ ਦਾ ਅਤੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਦਾ, ਜਿਨ੍ਹਾਂ ਦੀ ਚੰਗੀ ਸੋਚ ਸਦਕਾ ਦੂਰਦੇਸ਼ੀ ਆਗੂਆਂ ਨੂੰ ਵੱਖ ਵੱਖ ਜ਼ਿੰਮੇਵਾਰੀ ਦੇ ਕੇ ਬੜਾ ਮਾਣ ਬਖਸ਼ਿਆ। ਸੋ ਮੈਂ ਸਮਝਦਾ ਕਿ ਵੱਖ ਵੱਖ ਆਗੂ ਨੇ ਇਕੱਠੇ ਹੋ ਕੇ ਲਾਮਬੰਦ ਹੋ ਕੇ ਸਮੁੱਚੇ ਪੰਜਾਬ ਨੂੰ ਸ਼੍ਰੋਮਣੀ ਅਕਾਲੀਆਂ ਜੋੜੀਏ, ਅਤੇ ਜਿਹੜੀਆਂ ਆਉਂਦੀਆਂ ਪਾਰਲੀਮੈਂਟ ਦੀ ਚੋਣਾਂ ਨੇ ਇਹ 13-13 ਸੀਟਾਂ ਜਿੱਤ ਕੇ ਸਾਹਿਬ ਸੁਖਬੀਰ ਸਿੰਘ ਬਾਦਲ
ਸਾਹਿਬ ਬਿਕਰਮ ਸਿੰਘ ਮਜੀਠੀਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਝੂਠ ਪਾਈਏ ਤਾਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨਿਆ ਜਾ ਸਕੇ ਅਤੇ ਅੱਜ ਜੋ ਕਾਂਗਰਸ ਨੇ ਪੰਜਾਬ ਦੇ ਲੋਕਾਂ ਝੂਠ ਬੋਲ ਕੇ ਗੁੰਮਰਾਹ ਕਰਕੇ ਸਰਕਾਰ ਬਣੀ ਆ, ਲੋਕ ਬੜੇ ਤੰਗ ਨੇ ਅਤੇ ਲੋਕ ਕਾਂਗਰਸ ਸਰਕਾਰ ਨੂੰ ਕਰਾਰਾ ਜਵਾਬ ਦੇਣਾ ਚਾਹੁੰਦੇ ਨੇ ਅਤੇ ਆਉਂਦੀਆਂ ਪਾਰਲੀਮੈਂਟਾਂ ਦੇ ਵਿੱਚ ਚੋਣਾਂ ਦੇ ਵਿੱਚ ਕਾਂਗਰਸ ਨੂੰ ਮੂੰਹ ਦੀ ਖਾ ਕੇ 13-13 ਸੀਟਾਂ ਸ਼੍ਰੋਮਣੀ ਅਕਾਲੀ ਦਲ ਅਤੇ BJP ਦੇ ਉਮੀਦਵਾਰ ਨੂੰ ਜੇ ਮਿਲਣਗੀਆਂ ਜਿੱਤਣਗੇ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਊਗੀ। ਅੱਜ ਮੈਂ ਆਪਣੇ ਵੱਲੋਂ ਅਤੇ ਤਮਾਮ ਨੌਜਵਾਨ ਸਾਥੀਆਂ ਵੱਲੋਂ ਮੈਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ, ਬਿਕਰਮ ਸਿੰਘ ਮਜੀਠੀਆ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਸੂਬੇ ਵਿੱਚ ਜਦੋਂ ਵੀ ਕਦੇ ਅਕਾਲੀ ਦਲ ਨੇ ਨੌਜਵਾਨਾਂ 'ਚ ਵਿਸ਼ਵਾਸ ਪ੍ਰਗਟਾਇਆ ਉਦੋਂ ਉਦੋਂ ਰਾਜ ਵਿੱਚ ਪੰਜਾਬ 'ਚ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਨੇ। ਜਦੋਂ ਵੀ ਮੈਂਬਰ ਪਾਰਲੀਮੈਂਟ ਦੇ ਵਿੱਚ ਕਦੇ ਯੂਥ ਅਕਾਲੀ ਦਲ ਨੇ SOI ਨੇ ਰੋਲ ਨਿਭਾਇਆ ਉਦੋਂ ਦੇਸ਼ ਦੀ ਪਾਰਲੀਮੈਂਟ 'ਚ ਵੱਧ ਤੋਂ ਵੱਧ ਨੁਮਾਇੰਦੇ ਚੁਣ ਕੇ ਅਕਾਲੀ ਦਲ ਦੇ ਪਹੁੰਚੇ ਨੇ। ਇਹਦੇ ਦੱਸਣ ਦੀ ਗੱਲ ਨਹੀਂ ਹੈ, ਇਹ ਸਭ ਨੂੰ ਪਤਾ ਹੈ ਕਿ ਹੁਣ ਕੁਛ ਕਰਨ ਦਾ ਸਮਾਂ ਆ ਗਿਆ ਅਤੇ ਮੈਂ ਦੱਸਣਾ ਚਾਹੁੰਦਾ ਕਿ ਇਸ ਵਿਧਾਨ ਸਭਾ ਤੋਂ ਬਾਅਦ ਜਿਹੜੀ ਚੋਣਾਂ ਪਾਰਲੀਮੈਂਟ ਦੀ ਹੋਣੀਆਂ ਨੇ ਕਾਂਗਰਸ ਨੂੰ ਯੂਥ ਅਕਾਲੀ ਦਲ ਮੁਕੰਮਲ ਤੌਰ 'ਤੇ ਸਮਝਾ ਦੂਗਾ ਕਿ ਮੁਕੰਮਲ ਸਫਾਇਆ ਕਿਹਨੂੰ ਕਿਹਾ ਜਾਂਦਾ ਹੈ। ਅੰਗਰੇਜ਼ੀ ਦਾ ਵਰਡ ਹੈ ਕਿ ਕਲੀਨ ਸਵੀਪ, ਅਤੇ ਜਦੋਂ ਕਲੀਨ ਸਵੀਪ ਲਈ 13 ਕਿੱਲਾਂ ਕਾਂਗਰਸ ਤਬੂਤ 'ਚ ਠੋਕੀਆਂ ਜਾਣਗੀਆਂ, 13 ਕਿੱਲਾਂ ਉਹ ਨੇ ਜਿਹੜੀ ਮੈਂਬਰ ਪਾਰਲੀਮੈਂਟ ਦੇ ਜਿਹੜੇ 13 ਸੀਟਾਂ ਜਿੱਤ ਕੇ ਯੂਥ ਅਕਾਲੀ ਦਲ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਝੋਲੀ ਪਾਵੇਗਾ, 13 ਕਿੱਲਾਂ ਜਦੋਂ ਤਬੂਤ 'ਚ ਠੋਕੀਆਂ ਜਾਣਗੀਆਂ ਅਤੇ ਕਿੱਲਾਂ ਦੀ ਧਮਕ ਜਦੋਂ ਕੇਂਦਰ 'ਚ ਕਾਂਗਰਸ ਸਰਕਾਰ ਦੀ ਕਾਂਗਰਸ ਪਾਰਟੀ ਸੁਣਨ ਨੂੰ ਮਿਲੂਗੀ ਉਦੋਂ ਪਤਾ ਲੱਗੂਗਾ ਕਿ ਅਕਾਲੀ ਦਲ ਦਾ ਅਤੇ ਯੂਥ ਅਕਾਲੀ ਦਲ ਅਤੇ SOI ਦਾ ਪੰਜਾਬ ਦੇ ਵਿੱਚ ਲੋਕਾਂ 'ਚ ਕਿੰਨਾ ਮਾਣ ਸਨਮਾਨ ਅਤੇ ਕਿੰਨਾ ਵਿਸ਼ਵਾਸ ਹੈ ਪੰਜਾਬੀਆਂ ਦਾ ਇਸ ਪਾਰਟੀ ਦੇ ਵਿੱਚ। ਵਾਹਿਗੁਰੂ ਖਾਲਸਾ, ਸ਼੍ਰੀ ਵਾਹਿਗੁਰੂ ਜੀ। ਸ਼ਹੀਦਾਂ ਤੋਂ ਅੱਜ ਇੱਥੇ ਆਸ਼ੀਰਵਾਦ ਲੈਣ ਆਏ ਹਾਂ, ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਟੂਡੈਂਟ ਵਿੰਗ ਦਾ ਮਾਲਵਾ ਜੋਨ 3 ਦਾ ਮੈਨੂੰ ਪ੍ਰਧਾਨ ਲਾ ਕੇ ਸੇਵਾ ਕਰਨ ਦੀ ਮੌਕਾ ਦਿੱਤਾ। ਸੋ ਮੇਰਾ ਇੱਥੇ ਆਸ਼ੀਰਵਾਦ ਲੈ ਕੇ ਗੁਰੂ ਸਾਹਿਬਾਨ ਤੋਂ ਇੱਕ ਅਰਦਾਸ ਕੀਤੀ ਹੈ ਕਿ ਚਾਰੇ ਜ਼ਿਲ੍ਹਿਆਂ ਦੇ ਜਿਹੜੇ ਮੈਨੂੰ ਦਿੱਤੀ ਹੈ ਸੇਵਾ, ਮੈਂ ਇਕੱਲੇ ਚਾਰੇ ਜ਼ਿਲ੍ਹਿਆਂ ਦੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਹੁਣ ਵਿਜਿਟ ਕਰਨ ਲੱਗੇ ਹਾਂ। ਅੱਜ ਤੋਂ ਬਾਅਦ ਜਾ ਕੇ ਉੱਥੇ ਸਾਰੀਆਂ ਜਿਹੜੀਆਂ ਸਟੂਡੈਂਟ ਨੂੰ ਸਮੱਸਿਆਵਾਂ ਆ ਰਹੀਆਂ ਨੇ, ਕੀ ਉਹਨਾਂ ਦੀਆਂ ਪ੍ਰੋਬਲਮਾਂ ਨੇ, ਉਹਨਾਂ ਬਾਰੇ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਹੱਲ ਕਰਾਉਣ ਲਈ ਜਾਂ ਸਰਕਾਰ 'ਤੇ ਦਬਾਅ ਪਾਉਣ ਲਈ ਜਿਹੜਾ ਸਾਡਾ ਮੁੱਖ ਮਕਸਦ ਹੈ। ਕਿਉਂਕਿ ਜਿਹੜਾ ਸਟੂਡੈਂਟ ਹੈ ਜਿੰਨਾ ਉਹ ਅਕਾਲੀ ਸਰਕਾਰ ਵੇਲੇ ਜਿੰਨੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਸੀ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਕਾਂਗਰਸ ਸਰਕਾਰ ਨੇ ਖੋਲ੍ਹੀਆਂ, ਸਾਰੀ ਸਕੋਲਰਸ਼ਿਪ ਕਾਲਜਾਂ 'ਚ ਬੰਦ ਪਈ ਹੈ, ਸਪੋਰਟਸ ਦਾ ਸਿਸਟਮ ਦਾ ਬੜਾ ਮਾੜਾ ਹਾਲ ਹੈ। ਜੇ ਗੱਲ ਕਰੀਏ ਆਪਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਵਰਦੀਆਂ ਤੱਕ ਨਹੀਂ ਦਿੱਤੀਆਂ ਗਈਆਂ, ਹਾਲ ਤੱਕ ਪ੍ਰਾਇਮਰੀ ਸਕੂਲਾਂ ਦੇ ਸਿਲੇਬਸ ਦੇ ਵਿੱਚ ਸੋਧ ਹੀ ਹੋਈ ਜਾ ਰਹੀ ਹੈ। ਸੋ ਇਹ ਬੜੀਆਂ ਗੱਲਾਂ ਸੋਚਣ ਵਾਲੀਆਂ ਨੇ। ਸਭ ਤੋਂ ਵੱਡੀ ਗੱਲ ਆਪਣੇ ਸਿੱਖ ਇਤਿਹਾਸ ਨੂੰ ਇਹਨਾਂ ਨੇ ਬਦਲਤਿਆ ਸੀ। ਆਪਾਂ ਦੇਖਿਆ ਐਜੂਕੇਸ਼ਨ ਬੋਰਡ ਦਾ ਕਾਰਨਾਮਾ, ਉਪੀ ਸੋਨੀ ਮੰਤਰੀ ਨੇ ਉਹਨਾਂ ਦੇ, ਕਿ ਸਾਡਾ ਇਤਿਹਾਸ ਹੀ ਬਦਲਤਿਆ ਸੀ ਇਹਨਾਂ ਨੇ। ਸੋ ਇਹ ਗੱਲਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਮੈਂ ਕਾਲਜਾਂ 'ਚ ਸਕੂਲਾਂ 'ਚ ਜਿੱਥੇ ਜਿੱਥੇ ਵੀ ਮੈਨੂੰ ਲੋੜ ਪਈ ਮੈਂ ਸਾਰਿਆਂ ਦੇ ਵਿੱਚ ਜਾਊਂਗਾ, ਜਾ ਕੇ ਕੀ ਸਮੱਸਿਆਵਾਂ ਆ ਰਹੀਆਂ ਨੇ ਅਤੇ ਕੀ ਕਾਂਗਰਸ ਸਰਕਾਰ ਜਿਹੜੀ ਸਾਡੇ ਵਿਦਿਆਰਥੀਂ ਦੇ ਹੱਕ ਨੇ ਜਿਹਨਾਂ ਦੱਬ ਰਹੀ ਆ, ਟੇਢੇ ਤਰੀਕੇ ਨਾਲ ਮਾਰ ਰਹੀ ਆ, ਉਹਨਾਂ ਨੂੰ ਹੱਲ ਕਰਾਉਣ ਦਾ ਯਤਨ ਕਰਾਂਗੇ। ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਟੂਡੈਂਟ ਵਿੰਗ SOI ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਕੱਠੇ ਕਰਕੇ ਸ਼੍ਰੋਮਣੀ ਅਕਾਲੀ ਦਲ ਹੱਥ ਮਜ਼ਬੂਤ ਕਰਾਂਗੇ। ਬਹੁਤ ਹੀ ਅੱਜ ਸ਼ਹੀਦਾਂ ਦੀ ਮਹਾਨ ਧਰਤੀ ਦੇ ਸੰਗਤ ਵੱਲੋਂ ਹਲਕੇ ਦੀ ਸਮੂਹ ਜਿੰਨੀ ਲੀਡਰਸ਼ਿਪ ਵੱਲੋਂ ਮਾਣ ਦਿੱਤਾ ਗਿਆ, ਪਰ ਧੰਨਵਾਦ ਦੀਆਂ ਅਸੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰ ਵਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਯੂਥ ਦੇ ਜਰਨੈਲ ਅਤੇ ਸਮੁੱਚੀ ਅਕਾਲੀ ਦਲ ਦਾ, ਜਿਨ੍ਹਾਂ ਨੇ ਦਾਸ ਨੂੰ ਨਿਮਾਣੇ ਜੀ ਨੂੰ ਮੁਲਾਜ਼ਮ ਵਿੰਗ ਦਾ ਪੰਜਾਬ ਦਾ ਪ੍ਰਧਾਨ ਬਣਾ ਕੇ ਵੱਡਾ ਮਾਣ ਦਿੱਤਾ। ਅਤੇ ਮੈਂ ਆਪਣੇ ਵੱਲੋਂ ਵਿਸ਼ਵਾਸ ਦਵਾਨਾ ਪ੍ਰਧਾਨ ਸਾਹਿਬ ਨੂੰ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਪਹਿਲੇ ਤੌਰ 'ਤੇ ਵੱਡੀ ਸੇਵਾ ਕਰਦਾ ਆ ਰਿਹਾ,
ਹੁਣ ਵੀ ਮੁਲਾਜ਼ਮ ਵਰਗ 'ਚ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਕਿਸੇ ਵੀ ਕਿਸਮ ਦੀ ਕੋਈ ਕਸਰ ਨਹੀਂ ਛੱਡਾਂਗੇ। ਸਾਰੇ ਵਰਗਾਂ ਨੂੰ, ਸਾਰੀਆਂ ਫੈਡਰੇਸ਼ਨਾਂ ਨੂੰ, ਵੱਖੋ ਵੱਖ ਕੈਟਾਗਰੀ, ਵੱਖੋ ਵੱਖ ਜਿੰਨੇ ਵੀ ਵਿੰਗ ਬਣੇ ਨੇ, ਉਹਨਾਂ ਦਾ ਸਾਥ ਦੇ ਕੇ ਅਤੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਾਂਗੇ। ਅਤੇ ਮੈਂ ਆਪਣੇ ਵੱਲੋਂ ਸਮੁੱਚੇ ਅਕਾਲੀ ਦਲ ਨੂੰ, ਪੰਜਾਬ ਦੇ ਨੂੰ ਇਸ ਗੱਲ ਦੀ ਵਧਾਈ ਦਿੰਦਾ ਜਿਨ੍ਹਾਂ ਨੇ ਮੈਨੂੰ ਮਾਣ ਦਿੱਤਾ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।